एक बार फिर स्वागत है जी तुहाडे अपने चैनल ड्रीम लाइफ ते अज आपां गल करांगे जी स्लोवेनिया कंट्री बारे। आ यूरोप शैनेगन दी कंट्री है जी, बहुत वधिया जिहड़ी यूरोप दी कंट्री है यह स्लोवेनिया। जी आपां गल करिए जी केड़े केड़े बॉर्डर लगदे इस कंट्री नूं, ओ लगदे आ जी इटली, आस्ट्रिया ते हंगरी ते नाल अपने क्रोशिया दा जिहड़ा बॉर्डर आ ओह कंट्री नूं लगदे आ जी। क्रोशिया बारे भी मेरे वीरां नूं बहुत सारिआं नूं हुण पता लग्गिआ होया क्रोशिया बारे भी। इस क्रोशिया कंट्री बारे भी आपां अगली वीडियो दे विच गल करांगे डिटेल दे नाल। हुण इह भी जिहड़ी कंट्री आ क्रोशिया, इह भी जिहड़ी आ यूरोप शैनेगन दे विच आण दी संभावना हैगी आ जी। सो इस बारे आपां गल जिहड़ी आ ओह अगली वीडियो दे विच गल करांगे। अज आपां जिहड़ी आ ओह सिर्फ स्लोवेनिया कंट्री दे वर्क परमिट दे बारे ही गल करांगे पूरी डिटेल दे विच कि कीदां किहड़ा प्रोसैस ਹੁੰਦਾ ਹੈ ਤੇ ਕਿੱਦਾਂ ਦੇ ਉੱਥੇ ਕੰਮ ਨੇ ਤੇ ਸੈਲਰੀਆਂ ਕੀ ਨੇ ਕਿਹੜੇ ਕਿਹੜੇ ਕੰਮ ਦੇ ਵਿੱਚ। ਬਹੁਤ ਸਾਰੇ ਜਿਹੜੇ ਮੇਰੇ ਵੀਰ ਨੇ ਜੀ ਉਹ ਸਲੋਵੇਨੀਆ ਕੰਟਰੀ ਦੇ ਵਿੱਚ ਆਉਂਦੇ ਨੇ ਇਲੀਗਲ ਜਾਂ ਲੀਗਲ ਵੇ ਦੇ ਨਾਲ, ਜਿਹੜੇ ਬਹੁਤ ਸਾਰੇ ਵੀਰ ਨੇ ਉਹ ਆਉਂਦੇ ਨੇ ਜੀ ਇੱਥੇ। ਬਹੁਤ ਸੋਹਣੀ ਕੰਟਰੀ ਹੈ ਜੀ ਇਹ। ਜਿਹੜੇ ਮੇਰੇ ਵੀਰ ਇੱਥੇ ਡੋਂਕੀ ਲਾ ਕੇ ਆਉਂਦੇ ਨੇ ਉਹ ਬਹੁਤ ਹੀ ਮੁਸ਼ਕਿਲਾਂ ਨਾਲ ਪੁੱਜ ਕੇ ਇਸ ਤੋਂ ਬਾਅਦ ਉਹ ਅੱਗੇ ਇਟਲੀ, ਜਰਮਨ, ਫਰਾਂਸ ਉੱਥੇ ਜੀ ਮੂਵ ਹੋ ਜਾਂਦੇ ਨੇ ਜੀ। ਬਾਕੀ ਜਿਹੜਾ ਮੇਰਾ ਵੀਰ ਇੱਥੇ ਆਊਗਾ ਵਰਕ ਪਰਮਿਟ ਤੇ ਆਊਗਾ ਲੀਗਲ ਆਊਗਾ ਜੀ, ਉਹ ਇੱਥੇ ਹੀ ਖੁਸ਼ ਰਹੂਗਾ। ਇੱਥੇ ਵਧੀਆ ਸੈਲਰੀ ਹੈ ਜੀ, ਬਹੁਤ ਵਧੀਆ ਕੰਟਰੀ ਹੈ ਜੀ ਇਹ। ਬਾਕੀ ਫੇਰ ਵੀ ਕਿਸੇ ਦਾ ਹੁੰਦਾ ਕਿ ਉਹਨੇ ਅੱਗੇ ਹੀ ਕਿਤੇ ਮੂਵ ਹੋਣਾ ਹੁੰਦਾ, ਉਹਦਾ ਕੋਈ ਭੈਣ ਭਾਈ ਜਾਂ ਉੱਥੇ ਕੋਈ ਰਿਸ਼ਤੇਦਾਰ ਹੁੰਦਾ, ਉਹ ਬੰਦਾ ਜ਼ਰੂਰ ਜੀ ਮੂਵ ਹੋ ਸਕਦਾ ਇਸ ਕੰਟਰੀ ਤੋਂ, ਈਜ਼ੀਲੀ ਇੱਥੋਂ ਮੂਵ ਹੋ ਸਕਦੇ ਹਾਂ ਆਪਾਂ। ਇੱਥੋਂ ਦਾ TRC ਕਾਰਡ ਆ ਜਿਹੜਾ ਇੱਥੇ ਆਉਣ ਤੋਂ ਬਾਅਦ ਮਹੀਨੇ ਦੋ ਮਹੀਨੇ ਦੇ ਅੰਦਰ ਹੈ ਜਿਹੜਾ ਉਹ ਤੁਹਾਡਾ TRC ਕਾਰਡ ਤੁਹਾਨੂੰ ਮਿਲ ਜਾਂਦਾ ਹੈ ਤੇ ਉਸ TRC ਕਾਰਡ ਦੇ ਉੱਤੇ ਤੁਸੀਂ ਯੂਰੋਪ ਸ਼ੈਨਗਨ ਦੀ ਕਿਸੇ ਵੀ ਕੰਟਰੀ ਤੇ ਸਫ਼ਰ ਕਰ ਸਕਦੇ ਹੋ। ਤੇ ਜਿਹੜੀ ਸਲੋਵੇਨੀਆ ਕੰਟਰੀ ਹੈ ਜੀ ਇਹਦੇ ਹੁਣ ਵਰਕ ਪਰਮਿਟ ਖੁੱਲੇ ਹੋਏ ਹਨ, ਬਹੁਤ ਸਾਰੇ ਜਿਹੜੇ ਮੇਰੇ ਵੀਰ ਨੇ ਉਹ ਅਪਲਾਈ ਕਰ ਰਹੇ ਨੇ ਤੇ ਜਿਹੜੇ ਕੰਮ ਨੇ ਜੀ ਉੱਥੇ ਡਰਾਈਵਰੀ ਦੇ ਹੁਣ ਵੀ ਵੈਕੈਂਸੀਆਂ ਆ ਰਹੀਆਂ ਨੇ, ਹੋਰ ਵੀ ਜਿਹੜੇ ਫਾਰਮ ਵਰਕ ਨੇ, ਰੈਸਟੋਰੈਂਟ ਦੇ ਵਰਕ ਨੇ, ਹੋਰ ਵੀ ਜਿਹੜੇ ਲੋਡਿੰਗ ਅਨਲੋਡਿੰਗ ਦੇ ਜਿਹੜੀ ਫੈਕਟਰੀਆਂ ਦੇ ਵਿੱਚ ਕੰਮ ਹੁੰਦੇ ਨੇ ਉਹਨਾਂ ਦੀਆਂ ਵੈਕੈਂਸੀਆਂ ਆ ਰਹੀਆਂ ਨੇ। ਜਿਹੜੀ ਡਰਾਈਵਰ ਦੀ ਜੋਬ ਹੈ ਜੀ ਉਹਦੇ ਲਈ ਉੱਥੇ ਉਹ GCC ਲਾਇਸੈਂਸ ਮੰਗਦੇ ਆ, ਜਿਵੇਂ ਤੁਹਾਡਾ ਦੁਬਈ ਕਿਸੇ ਵੀ ਅਰਬ ਕੰਟਰੀ ਦਾ ਜਿਹੜਾ ਐਕਸਪੀਰੀਅੰਸ ਹੋਣਾ ਚਾਹੀਦਾ ਉੱਥੋਂ ਦਾ ਤੁਹਾਡਾ ਲਾਇਸੈਂਸ ਆ ਉਹ ਮੰਗਦੇ ਆ ਜੀ। ਤੇ ਜੇ ਆਪਾਂ ਸੈਲਰੀ ਦੀ ਗੱਲ ਕਰੀਏ ਜੀ, ਸੈਲਰੀ ਆ ਜਿਹੜੀ ਉਹ ਹਰ ਇੱਕ ਕੰਮ ਦੀ ਅਲੱਗ ਅਲੱਗ ਸੈਲਰੀ ਹੁੰਦੀ ਹੈ, ਫਿਰ ਵੀ ਜਿਹੜੀ ਤੁਹਾਡੀ ਬੇਸਿਕ ਸੈਲਰੀ ਹੋਊਗੀ ਜੀ ਉਹ 800 ਤੋਂ 900 ਯੂਰੋ ਦੇ ਵਿੱਚ ਤੁਹਾਡੀ ਉਹ ਬੇਸਿਕ ਸੈਲਰੀ ਲੱਗ ਜਾਊਗੀ। ਉਸ ਤੋਂ ਬਾਅਦ ਜਿਹੜਾ ਤੁਹਾਡਾ ਓਵਰ ਟਾਈਮ ਹੋਊਗਾ, ਜੇ ਤੁਸੀਂ ਓਵਰ ਟਾਈਮ ਲਾਓਗੇ ਤੇ ਉਹ ਵੀ ਤੁਹਾਨੂੰ ਜਿਹੜਾ ਪਲੱਸ ਓਵਰ ਟਾਈਮ ਵੀ ਮਿਲੂਗਾ। ਇੱਥੇ ਜਿਹੜਾ 5 ਦਿਨ ਜੀ ਉਹ ਕੰਮ ਹੁੰਦਾ, ਸੈਟਰਡੇ ਸੰਡੇ ਜਿਹੜਾ ਤੁਹਾਡਾ ਉਹ ਆਫ ਹੁੰਦਾ ਜੀ। ਬਾਕੀ ਜੇ ਤੁਸੀਂ ਪੁੱਛੋ ਜੀ ਇੱਥੇ ਆਉਣ ਦੇ ਕਿੰਨੇ ਪੈਸੇ ਲੱਗਦੇ ਨੇ, ਉਹ ਜੀ ਜੇ ਤੁਸੀਂ ਕਿਸੇ ਏਜੰਟ ਦੇ ਥਰੂ ਆਉਂਦੇ ਹੋ ਤੇ ਹਰ ਇੱਕ ਏਜੰਟ ਦਾ ਜਿਹੜਾ ਉਹ ਅਲੱਗ ਅਲੱਗ ਰੇਟ ਹੈ ਜੀ। ਜਿਹੜਾ ਹੁਣ ਦਾ ਰੇਟ ਚੱਲ ਰਿਹਾ ਹੈ ਉਹ ਜੀ 4-4.5 ਤੋਂ ਲੈ ਕੇ 7-8 ਲੱਖ ਤੱਕ ਵੀ ਜਿਹੜਾ ਉਹ ਏਜੰਟ ਲੈ ਰਹੇ ਨੇ। ਬਾਕੀ ਜੇ ਤੁਹਾਡਾ ਉੱਥੇ ਕੋਈ ਜਾਣ ਪਛਾਣ ਦਾ ਕੋਈ ਦੋਸਤ ਮਿੱਤਰ ਜਾਂ ਤੁਹਾਡਾ ਕੋਈ ਰਿਲੇਟਿਵ ਉਸ ਕੰਟਰੀ ਸਲੋਵੇਨੀਆ ਦੇ ਵਿੱਚ ਹੈਗਾ ਜੀ, ਤੁਸੀਂ ਉਹਨਾਂ ਤੋਂ ਵੀ ਆਪਣੇ ਜਿਹੜੇ ਹੈ ਪੇਪਰ ਮੰਗਵਾ ਸਕਦੇ ਹੋ ਐਗਰੀਮੈਂਟ, ਉਸ ਤੋਂ ਬਾਅਦ ਤੁਸੀਂ ਆਪ ਵੀ ਅਪਲਾਈ ਕਰ ਸਕਦੇ ਹੋ। ਜੇ ਤੁਸੀਂ ਆਪ ਅਪਲਾਈ ਕਰਦੇ ਹੋ ਤੇ ਜਿਹੜਾ ਤੁਹਾਡਾ ਖਰਚਾ ਉਹ ਬਿਲਕੁਲ ਹੀ ਘੱਟ ਲੱਗੋਗੇ ਪੈਸੇ ਜੀ। ਫੇਰ ਜਿਹੜਾ ਤੁਹਾਡਾ ਖਰਚਾ ਆਊਗਾ ਜੀ ਉਹ 3-3.5 ਲੱਖ ਦੇ ਵਿੱਚ ਜਿਹੜਾ ਤੁਹਾਡਾ ਕੰਮ ਹੈ ਉਹ ਸਾਰਾ ਹੀ ਬਣ ਜਾਊਗਾ। ਬਾਕੀ ਬਹੁਤ ਸਾਰੇ ਜਿਹੜੇ ਮੇਰੇ ਵੀਰ ਨੇ ਉਹ ਇਸ ਕੰਟਰੀ ਦੇ ਵਿੱਚ ਆ ਕੇ ਅੱਗੇ ਮੂਵ ਹੋਣਾ ਵੀ ਜ਼ਰੂਰ ਚਾਹੁੰਦੇ ਨੇ, ਕਿਉਂਕਿ ਹਰ ਇੱਕ ਦਾ ਵੱਖਰਾ ਵੱਖਰਾ ਸਿਸਟਮ ਹੁੰਦਾ ਜੀ। ਕਿਸੇ ਦਾ ਕੋਈ ਰਿਲੇਟਿਵ ਜਾਂ ਕੋਈ ਭੈਣ ਭਾਈ ਅਲੱਗ ਕੰਟਰੀ ਦੇ ਵਿੱਚ ਹੁੰਦਾ, ਜਿਵੇਂ ਇਟਲੀ, ਫਰਾਂਸ ਜਾਂ ਪੁਰਤਗਾਲ ਦੇ ਵਿੱਚ ਕਿਤੇ ਵੀ ਤੁਸੀਂ ਮੂਵ ਹੋਣਾ ਜੀ ਤਾਂ ਤੁਸੀਂ ਈਜ਼ੀਲੀ ਮੂਵ ਹੋ ਸਕਦੇ ਹੋ ਜੀ। ਪਰ ਤੁਸੀਂ ਵੇਟ ਕਰਨਾ ਜਦੋਂ ਤੱਕ ਤੁਹਾਡਾ TRC ਕਾਰਡ ਤੁਹਾਨੂੰ ਨਹੀਂ ਮਿਲਦਾ, ਉਹ 1 ਜਾਂ 2 ਮਹੀਨੇ ਦੇ ਵਿੱਚ ਤੁਸੀਂ TRC ਕਾਰਡ ਲੈ ਸਕਦੇ ਹੋ। ਉਹ TRC ਕਾਰਡ ਲੈਣ ਤੋਂ ਬਾਅਦ ਹੀ ਤੁਸੀਂ ਇਹ ਸਲੋਵੇਨੀਆ ਕੰਟਰੀ ਦੇ ਵਿੱਚੋਂ ਮੂਵ ਜਿਹੜਾ ਤੁਹਾਨੂੰ ਉਹ ਹੋਣਾ ਚਾਹੀਦਾ। ਉਹਦੇ ਲਈ ਤੁਹਾਨੂੰ ਬਹੁਤ ਸਾਰੇ ਬੈਨੀਫਿਟ ਹੋਣਗੇ ਜੀ ਉਸ TRC ਕਾਰਡ ਦੇ। ਤੁਸੀਂ ਇੰਡੀਆ ਦੇ ਵਿੱਚ ਟਰੈਵਲ ਕਰ ਸਕਦੇ ਹੋ ਤੇ ਯੂਰੋਪ ਦੀ ਕਿਸੇ ਵੀ ਕੰਟਰੀ, ਸ਼ੈਨਗਨ ਕੰਟਰੀ ਦੇ ਵਿੱਚ ਤੁਸੀਂ ਟਰੈਵਲ ਕਰ ਸਕਦੇ ਹੋ ਉਸ TRC ਕਾਰਡ ਤੇ। ਬਾਕੀ ਜੇ ਤੁਸੀਂ ਪੁੱਛੋ ਜੀ ਕਿੰਨਾ ਟਾਈਮ ਲੱਗਦਾ ਇੱਥੋਂ ਦਾ ਵੀਜ਼ਾ ਅਪਲਾਈ ਕਰਨ ਨੂੰ, ਜੇ ਤੁਸੀਂ ਕਿਸੇ ਏਜੰਟ ਦੇ ਥਰੂ ਕਰਦੇ ਹੋ ਤੇ ਉਹ ਤੁਹਾਨੂੰ ਕਹਿਣਗੇ ਜੀ 2-3-4 ਮਹੀਨੇ ਦੇ ਵਿੱਚ ਜਿਹੜਾ ਤੁਹਾਡਾ ਵੀਜ਼ਾ ਉਹ ਲੱਗ ਜਾਊਗਾ। ਬਟ ਇਦਾਂ ਨਹੀਂ ਹੈ ਜੀ, ਹੁਣ ਇਹ ਵੀਜ਼ਾ ਲੱਗਣ ਨੂੰ ਤੁਸੀਂ ਘੱਟੋ ਘੱਟ ਜਿਹੜਾ ਤੁਸੀਂ 5-6 ਮਹੀਨੇ ਦਾ ਘੱਟੋ ਘੱਟ ਹੀ ਟਾਈਮ ਮੰਨ ਕੇ ਚੱਲੋ। ਬਾਕੀ ਜੇ ਤੁਹਾਡਾ ਕੋਈ ਹੋਰ ਸਵਾਲ ਹੁੰਦਾ ਜੀ ਤੁਸੀਂ ਜ਼ਰੂਰ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਸਾਨੂੰ ਸਵਾਲ ਉਹ ਜਿਹੜਾ ਪੁੱਛ ਸਕਦੇ ਹੋ। ਤੁਸੀਂ ਇੰਸਟਾਗ੍ਰਾਮ ਤੇ ਵੀ ਸਾਨੂੰ ਮੈਸੇਜ ਕਰ ਸਕਦੇ ਹੋ, ਥੱਲੇ ਡਿਸਕ੍ਰਿਪਸ਼ਨ ਦੇ ਵਿੱਚ ਆਪਾਂ ਇੰਸਟਾਗ੍ਰਾਮ ਦਾ ਲਿੰਕ ਦੇ ਦੇਵਾਂਗੇ। ਤੁਹਾਡਾ ਕੋਈ ਵੀ ਸਵਾਲ ਹੋਵੇ ਤੁਸੀਂ ਉੱਥੇ ਸਾਨੂੰ ਮੈਸੇਜ ਕਰਕੇ ਪੁੱਛ ਸਕਦੇ ਹੋ। ਬਾਕੀ ਇਸ ਰਿਲੇਟਡ, ਇਸ ਕੰਟਰੀ ਰਿਲੇਟਡ ਹੋਰ ਵੀ ਜਿਹੜੀ ਅਪਡੇਟਾਂ ਆਣਗੀਆਂ ਜੀ ਅਸੀਂ ਉਸ ਵੀਡੀਓ ਪਾਉਂਦੇ ਰਹਿਣਾਂਗੇ ਇਸ ਚੈਨਲ ਤੇ। ਹੋਰ ਇਦਾਂ ਦੀਆਂ ਵੀਡੀਓ ਦੇ ਲਈ ਤੁਸੀਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਜੀ ਤੇ ਇਸ ਵੀਡੀਓ ਨੂੰ ਲਾਈਕ ਵੀ ਜ਼ਰੂਰ ਕਰੋ। ਜੇ ਤੁਹਾਨੂੰ ਜੀ ਇਨਫੋਰਮੇਸ਼ਨ ਵਧੀਆ ਲੱਗੀ ਹੈ ਇਸ ਵੀਡੀਓ ਨੂੰ ਲਾਈਕ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਹੋਰ ਵੀ ਆਪਣੇ ਦੋਸਤਾਂ ਮਿੱਤਰਾਂ ਨਾਲ ਇਸ ਵੀਡੀਓ ਨੂੰ ਜ਼ਰੂਰ ਸ਼ੇਅਰ ਕਰੋ ਜੀ। ਵੀਡੀਓ ਨੂੰ ਐਂਡ ਤੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।